ਹੈਲੋ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਆਪਾਂ ਇੱਕ ਹੋਰ ਨਵਾਂ ਡਿਜ਼ਾਇਨ ਲੈ ਕੇ ਉਲਟੇ ਪੁਲਟੇ ਫੰਦਿਆਂ ਦਾ ਡਿਜ਼ਾਇਨ, 6 ਅਤੇ 3 ਫੰਦੇ ਦੇ ਹਿਸਾਬ ਨਾਲ ਆਪਾਂ ਨੇ ਫੰਦੇ ਪਾਉਣੇ ਨੇ। 6 ਫੰਦੇ ਡਿਜ਼ਾਇਨ ਆ, 3 ਫੰਦੇ ਐਕਸਟਰਾ ਵਿਚਾਲੇ ਜੈਪ ਵਾਸਤੇ। ਅਤੇ ਮੈਂ 2 ਸਿਲਾਈਆਂ ਪਾ ਰੱਖੀਆਂ ਨੇ। ਹੁਣ 3 ਫੰਦੇ ਜਿਹੜੇ ਮੂਹਰੇ ਤੱਕ ਕਰਕੇ ਬੁਣਨੇ ਨੇ। ਛੇ ਫੰਦੇ ਪਿੱਛੇ ਤੱਕ ਕਰਕੇ। ਵੀਡੀਓ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ। 4 5 6 ਅੱਗੇ 2 3 ਅੱਗੇ ਪਿੱਛੇ 1 2 3 4 5 6 ਅੱਗੇ ਅੱਗੇ 1 2 3 ਅੱਗੇ ਪਿੱਛੇ 1 2 3 4 5 6 ਅੱਗੇ ਅੱਗੇ 2 ਸਿਲਾਈ ਸਾਰੀ ਆਪਣੀ ਕਿੰਨਾ ਅੱਗੇ ਕਰਕੇ ਬੋਲ। ਜਦੋਂ ਵੀਡੀਓ ਨੂੰ ਕਮੈਂਟ ਕਰਦੇ ਲਾਈਕ ਕਰਦੇ ਤਾਂ ਕਮੈਂਟ ਵੀ ਜ਼ਰੂਰ ਕਰਿਆ ਕਰੋ। ਡਿਜ਼ਾਇਨ ਵਧੀਆ ਲੱਗ ਰਿਹਾ ਨਹੀਂ ਲੱਗ ਰਿਹਾ ਜਾਂ ਕੁਛ ਹੋਰ ਦੇਖਣਾ ਚਾਹੁੰਦੇ ਨਵਾਂ ਡਿਜ਼ਾਇਨ ਤਾਂ ਉਹ ਵੀ ਲੈ ਕੇ ਆਵਾਂਗੇ। ਅਗਲੀ ਸਿਲਾਈ 3 ਫੰਦੇ ਆਪਾਂ ਨੂੰ ਮੂਹਰੇ ਤੱਕ ਕਰਕੇ ਬੁਣਨੇ ਨੇ। ਅੱਗੇ ਪਿੱਛੇ 1 2 3 3 ਪਾ ਲਈ। ਆ ਜਿਹੜੇ ਪਿਛਲੇ ਫੰਦੇ ਨੇ ਆਪਾਂ ਨੂੰ ਉਹ ਬੁਣਨੇ ਨੇ ਪਹਿਲਾਂ। ਅਤੇ ਫੰਦਾ ਪਿੱਛੋਂ ਬਣਨਾ ਅੱਗੇ ਅੱਗੇ 1 2 3 ਅੱਗੇ ਪਿੱਛੇ 1 2 3 ਆਪਣੇ ਲਈ ਬਣੇਗੇ 3 ਫੰਦੇ। ਚਾਹੇ ਇਹਨਾਂ ਨੂੰ ਇਸ ਤਰ੍ਹਾਂ ਕਰ ਲਓ ਆਪਾਂ ਵੀ 2 ਫੰਦੇ ਪਿਛਲੇ ਚੱਕ ਲਏ, ਤੀਸਰੇ ਨੰਬਰ ਆਪਾਂ ਨੇ ਇੱਧਰ ਲੈਣਾ। ਹੁਣ ਆਪਾਂ ਨੂੰ ਬੁਣਨੇ 3 ਫੰਦੇ ਅੱਗੇ ਪਿੱਛੇ 1 2 3 3 ਬੁਣਨੇ ਇਹਦੇ 3 ਫੰਦੇ ਆਪਣੇ ਦੇ। ਇਹਨਾਂ ਕੋਲ ਪਿਛਲੇ 3 2 ਨੂੰ ਚੱਕ ਲਾਂਗੇ ਆਪਾਂ। ਅੱਗੇ ਅੱਗੇ 1 ਇਹ ਸਾਰੀ ਸਿਲਾਈ ਆਪਾਂ ਨੇ
ਇਹ ਵੀ ਬੁਣੀ ਆਪਣੀ ਚਿੰਤਾ ਕਰਕੇ। ਡਿਜ਼ਾਇਨ ਵਾਲੀ ਅਗਲੀ ਸਿਲਾਈ ਤਿੰਨ ਫੰਦੇ ਬੁਣ ਲਏ ਆਪਾਂ ਨੇ। ਪਹਿਲਾਂ ਆਪਾਂ ਇੱਥੇ ਤਿੰਨ ਬੁਣੇ ਸੀ, ਹੁਣ ਦੋ ਬੁਣਨੇ, ਇੱਕ ਦੋ। ਆਪਾਂ ਦੋ ਫੰਦੇ ਪਿਛਲੇ ਨੇ ਜਿਹੜੇ, ਉਹਨਾਂ ਨੂੰ ਅੱਗੇ ਲਿਆਵਾਂਗੇ। ਦੋ ਫੰਦੇ ਮੁੜਨੇ ਆਪਾਂ ਨੇ, ਆਹ ਫੰਦਾ ਛੱਡਾਂਗੇ, ਦੋ ਚੱਕਾਂਗੇ ਪਿੱਛੋਂ। ਇੱਕ ਵਾਰ ਟਰਾਈ ਕਰਕੇ ਦੇਖੋ, ਬਹੁਤ ਸੋਹਣਾ ਲੱਗਦਾ, ਕਿਸੇ ਵੀ ਕਲਰ 'ਚ ਪਾ ਸਕੋਗੇ। ਮੇਰੀ ਐਨ ਇੱਕ ਦੋ ਅੱਗਾ ਪਿੱਛੇ ਇੱਕ ਦੋ ਪਾਲੀ ਆ ਦੋ ਲੈ ਪੂਰਾ ਕਰ ਲਓ। ਆਪਾਂ ਬੈਕ ਸਿਲਾਈ ਪਾ ਰਹੇ ਹਾਂ, ਆਪਾਂ ਨੇ ਪੁੱਠੀ ਸਿਲਾਈ ਪਾ ਲਈ ਸਾਰੀ। ਹੁਣ ਤਿੰਨ ਬੰਦੇ ਪਾ ਲਏ ਮੂਰੀ ਦਾ ਅੱਗਾ ਕਰਕੇ, ਅੱਗਾ ਪਿੱਛੇ ਇੱਕ ਬੰਦਾ ਪਾਉਣਾ ਆਪਾਂ, ਇੱਕ ਇਹ ਬੰਦਾ ਛੱਡ ਕੇ ਦੋ ਬੰਦੇ ਚੱਕਣੇ ਨੇ ਇੱਥੋਂ। ਧਾਗਾ ਅੱਗੇ ਤਿੰਨ ਬੰਦੇ ਬਣ ਗਏ ਆਪਾਂ, ਧਾਗਾ ਪਿੱਛੇ। ਹੁਣ ਆਹ ਬੰਦਾ ਛੱਡ ਕੇ ਆਹ ਦੋ ਚੱਕਣੇ, ਤਿੰਨ ਬੰਦੇ ਪਾ ਲਏ ਅੱਗਾ ਪਿੱਛੇ ਇੱਕ ਪਾ ਲਿਆ, ਇਹ ਆਪਾਂ ਨੇ ਛੱਡਤਾ ਆ ਦੋ ਚੱਕਰ। ਅੱਗਾ ਅੱਗੇ ਆਪਣੀ ਸਾਰੀ, ਹੁਣ ਸਿਲਾਈ ਪੁੱਠੀ ਪਊਗੀ। ਪੁੱਠੀ ਸਿਲਾਈ ਆਪਾਂ ਨੇ ਪਾ ਲਈ,
ਹੁਣ ਆਪਾਂ ਤਿੰਨ ਫੰਦੇ ਪਾਉਣੇ ਨੇ ਇੱਥੇ ਲਾਗਾ ਕਰਕੇ, ਇੱਕ ਦੋ ਤਿੰਨ। ਹੁਣ ਆਪਣਾ ਲਾਸਟ ਫੰਦਾ ਹੈ, ਆਪਾਂ ਬੁਣਾਂਗੇ ਨਹੀਂ, ਪਹਿਲਾਂ ਆਪਾਂ ਦੋ ਮੂਹਰੇ ਕਰਾਂਗੇ ਪਿਛਲੇ ਫੰਦੇ। ਅੱਗਾ ਅੱਗੇ ਇੱਕ ਦੋ ਤਿੰਨ, ਅੱਗਾ ਪਿੱਛੇ ਇਹ ਫੰਦਾ ਛੱਡਾਂਗੇ, ਇਹ ਫੰਦੇ ਚੱਕ ਕੇ ਆਪਾਂ ਅੱਗੇ ਲਿਆਵਾਂਗੇ। ਅੱਗਾ ਅੱਗੇ ਦੋ ਫੰਦੇ ਆਪਣਾ ਨੇ ਚੱਕ ਲਏ, ਅਗਲਾ ਧਾਗਾ ਪਿੱਛੇ, ਸਿਲਾਈ ਪੁੱਠੀ। ਪੁੱਠੀ ਸਿਲਾਈ ਆਪਾਂ ਨੇ ਪਾ ਲਈ, ਅਤੇ ਹੁਣ ਆਪਾਂ ਤਿੰਨ ਫੰਦੇ ਪਾਉਣੇ ਨੇ ਮੂਹਰੇ ਤੱਕ ਕਰਕੇ, ਇੱਕ ਦੋ ਤਿੰਨ, ਅੱਗੇ ਪਿੱਛੇ ਇੱਕ ਦੋ ਤਿੰਨ ਫੰਦੇ ਪਾ ਲਏ, ਮਗਰ ਹੈਗੇ ਤਿੰਨ ਫੰਦੇ, ਇਹ ਫੰਦਾ ਛੱਡ ਕੇ ਆਪਾਂ ਨੇ ਆਹ ਫੰਦੇ ਚੱਕਣ ਦਿੱਤੇ ਦੋ। ਜਦੋਂ ਡਿਜ਼ਾਇਨ ਬਣ ਕੇ ਹੋਊਗਾ ਤੁਸੀਂ ਕਹੋਗੇ ਬਹੁਤ ਸੋਹਣਾ ਡਿਜ਼ਾਇਨ ਹੈ, ਆਪੇ ਕਮੈਂਟਾਂ ਦੇ ਵਿੱਚ ਪਾਉਂਗੇ, ਨੇਰੀਆਂ ਲਿਆਇਆ ਕਰੋ ਕਮੈਂਟਾਂ 'ਤੇ ਲਿਖ ਦਿਓ। ਤਾਂ ਬਹੁਤ ਕੰਜੂਸੀ ਕਰਦੇ, ਤਿੰਨ ਫੰਦੇ ਪੈ ਗਏ, ਹੁਣ ਇਹ ਆਪਾਂ ਤਿੰਨ ਪਿੱਛੇ ਤੱਕ ਕੇ ਇਹ ਬੰਦਾ ਛੱਡਤਾ, ਆਹ ਦੋ ਚੱਕ ਲਏ। ਇੱਕ ਦੋ ਤਿੰਨ, ਅੱਗੇ ਪਿੱਛੇ ਇੱਕ ਦੋ ਤਿੰਨ, ਪਿਛਲੇ ਬੰਦੇ ਚੱਕ ਲਏ, ਦੂਜੇ ਡਿਜ਼ਾਇਨ ਬਣ ਕੇ ਤੁਸੀਂ ਕਹੋਗੇ ਬਾਕੀ ਡਿਜ਼ਾਇਨ ਹੈ ਬਹੁਤ ਸੋਹਣਾ। ਕਈ ਸਿਰਫ ਮੈਂ ਕਹਿੰਦੀ ਨਹੀਂ ਕਦੀ, ਮੈਂ ਸੋਹਣਾ ਡਿਜ਼ਾਇਨ ਲਿਖੇ ਮੈਂ ਲਿਆਉਂਦੀ, ਬਹੁਤ ਸੋਹਣਾ ਡਿਜ਼ਾਇਨ ਹੈ। ਆਪਾਂ ਨੇ ਪੁੱਠੀ ਸਿਲਾਈ ਪਾ ਲਈ, ਹੁਣ ਸਿੱਧੀ ਸਿਲਾਈ ਦੇ ਤਿੰਨ ਫੰਦੇ ਬੁਣਨੇ ਨੇ ਪਹਿਲਾਂ ਆਪਾਂ ਨੇ, ਇੱਕ ਦੋ ਤਿੰਨ, ਧਾਗਾ ਪਿੱਛੇ ਇੱਕ ਦੋ ਫੰਦੇ ਬੁਣ ਲਏ, ਇੱਕ ਛੱਡਤਾ ਅਤੇ ਦੋ ਚੁੱਕਣੇ ਪਿੱਛੋਂ। ਅੱਗੇ ਪਿੱਛੇ ਇੱਕ ਦੋ ਬੁਣ ਲਏ, ਇਹ ਬੰਦਾ ਛੱਡਤਾ, ਇੱਕ ਦੋ ਤਿੰਨ ਚਾਰ, ਅੱਗੇ ਅੱਗੇ ਇੱਕ ਦੋ
ਤੈਨੂੰ ਤੱਕ ਪਿੱਛੇ ਇੱਕ ਦੋ ਇਹ ਬੰਦਾ ਛੱਡਤਾ ਆਪਣੇ ਦੋ ਇਹ ਚੱਕ ਪੁੱਠੀ ਸਰਾਈ ਹੁਣ ਅਗਲੀ ਸਿਲਾਈ ਤਿੰਨ ਬੰਦੇ ਆਪਾਂ ਮੂਹਰੇ ਤੱਕ ਕਰਕੇ ਬੁਣ ਇੱਕ ਦੋ ਤਿੰਨ ਤੱਕ ਪਿੱਛੇ ਇੱਕ ਬੰਦਾ ਬੁਣ ਲਿਆ ਆਪਾਂ ਨੇ ਇਹ ਬੰਦਾ ਛੱਡਤਾ ਦੋ ਆਪਾਂ ਨੇ ਪਿਛਲੇ ਚੱਕ ਲਏ ਡਿਜ਼ਾਇਨ ਦੇਖੋ ਜਦੋਂ ਬਣ ਕੇ ਆਇਆ ਤਾਂ ਬਿਲਕੁਲ ਰੈਡੀਮੇਡ ਲੁੱਕ ਲੱਗੂ ਇਹ ਡਿਜ਼ਾਇਨ ਦੇਖ ਕੇ ਤਾਂ ਤਿੰਨ ਪਲਾਈ ਪਾਸਵੇਂ ਲਿਆ ਕੇ ਘਰੇ ਮਿਲੂੰਗੇ ਆਪਾਂ ਰੈਡੀਮੇਡ ਵਰਗਾ ਤਿੰਨ ਪਲਾਈ ਦੇ ਵਿੱਚ ਬਹੁਤ ਜ਼ਿਆਦਾ ਸੋਹਣਾ ਲੱਗਦਾ ਪਿੱਛੇ ਦੇਖੋ ਕਿੰਨਾ ਪਿਆਰਾ ਡਿਜ਼ਾਇਨ ਬਣ ਕੇ ਆਇਆ ਨਾਲੇ ਬਣਾਉਣ 'ਚ ਬਹੁਤ ਸੌਖਾ ਇੱਕ ਸਾਨੂੰ ਹੋਰ ਰੰਗ ਦੇ ਵਿੱਚ ਦਿਖਾ ਦਿੰਦੇ ਹਾਂ